ਤੇ ਇੱਕ ਬੈਸ ਮੈਂ ਹੋਰ ਬੜੀ ਸੋਨਾ ਨੀਲੀ ਇਸ ਤਰ੍ਹਾਂ ਰਾਵੀ ਇਸ ਤਰ੍ਹਾਂ ਦੇਖੋ ਮੱਝ ਅੱਛੀ ਕਿਤੇ ਵੀ ਪੈਦਾ ਹੋ ਸਕਦੀ ਹੈ, ਉਹ ਨੀਲੀ ਤੇ ਵੀ ਹੋ ਸਕਦੀ ਹੈ, ਉਹ ਰਾਵੀ ਤੇ ਵੀ ਹੋ ਸਕਦੀ ਹੈ, ਉਹ ਇੱਥੇ ਸ਼ੇਖਪੁਰਾ ਵੀ ਹੋ ਸਕਦੀ ਹੈ। ਜਿਹਨੂੰ ਦੇਖੋ ਇਹ ਹਿੰਮਤ ਅੱਲਾ ਪਾਕ ਦੀ ਜ਼ਾਤ ਨੇ ਦਿੱਤੀ, ਕੋਈ 10 ਲੱਖ ਦੀ ਲੈ ਰਿਹਾ, ਕੋਈ 20 ਲੱਖ ਦੀ ਲੈ ਰਿਹਾ, ਕੋਈ 3 ਲੱਖ ਦੀ ਲੈ ਰਿਹਾ, ਇਹ ਅੱਲਾ ਪਾਕ ਦੀ ਦੇਣ ਹੈ। ਜੇ ਇਹ ਕਿਸੇ ਨੂੰ ਵੀ ਨਹੀਂ ਗੱਲ ਕਰਨੀ, ਜਿਹੜੀ ਚਾਹੇ ਜਿਹਨੂੰ ਅੱਲਾ ਪਾਕ ਨੇ ਤਾਕਤ ਦਿੱਤੀ ਉਹਨੇ ਲੈਣੀ ਹੈ ਨਾ, ਉਹ ਚਾਹੇ ਜਿੰਨੇ ਦੀ ਮਰਜ਼ੀ ਲਵੇ। ਹਫ ਸਰ ਬਿਲਕੁਲ ਮੈਂ ਨੀਲੀ ਦੇ ਕੋਈ ਐਸਾ ਘਰ ਮੈਂ ਨਹੀਂ ਛੱਡਿਆ, ਮੈਂ ਹੈਡ ਸਿਲਮਾਨਕੀ ਤੋਂ ਲੈ ਕੇ ਹੈਡ ਇਸਲਾਮ ਤੱਕ ਤਕਰੀਬਨ ਸਾਰੇ ਫਿਰਿਆ, ਦਰਿਆ ਦੇ ਉੱਤੇ ਗੱਡੀ ਖਿਲਾਰ ਕੇ, ਮੋਟਰਸਾਈਕਲ ਦੇ ਉੱਤੇ ਦਰਿਆ ਦੇ ਉੱਤੇ ਸਾਰਾ, ਕੋਈ ਪਿੰਡ ਕੋਈ ਡੇਰਾ ਕੋਈ ਢਾਰੀ ਨਹੀਂ ਛੱਡੀ, ਕੋਖਰਾਂ ਦੀਆਂ ਵਸਲੀਆਂ ਦੀਆਂ ਲਖਵੇੜਿਆਂ ਦੀਆਂ ਜੇਰਿਆਂ ਦੀਆਂ ਬੜੇ ਮੁਖਤਲਿਫ ਘਰ ਨੇ। ਮੈਂ ਇੱਥੇ ਹੈਡ ਇਸਲਾਮ ਅਤੇ ਕੱਚੀ ਪੱਕੀ ਜਮਰੇੜਾ ਸੌ ਕੇ ਇਹ ਸਾਰਾ ਜੰਮਣ ਸ਼ਹਿਰ ਮੈਂ ਮੋਟਰਸਾਈਕਲਾਂ 'ਤੇ ਫਿਰਿਆ। ਬਿਸਮਿਲ੍ਲਾਹਿਰਰਹਮਾਨਿਰਰਹੀਮ, ਅਸਲਾਮ ਅਲੈਕੁਮ, ਤੁਸੀਂ ਦੇਖ ਰਹੇ ਜੇ ਪਾਕ ਬਫਲੋ ਟੀ ਵੀ ਯੂਟਿਊਬ ਚੈਨਲ, ਇਸ ਤੋਂ ਇਲਾਵਾ ਹਾਫਜ਼ ਅਜ਼ਹਰ ਜੱਟ ਅਫੀਸ਼ੀਅਲ ਫੇਸਬੁੱਕ ਪੇਜ। ਅੱਜ ਅਸੀਂ ਦੋਸਤਾਂ ਦੇ ਸ਼ੌਕ ਲਈ ਖਸੂਸੀ ਤੌਰ 'ਤੇ ਆਪਣੇ ਬਹੁਤ ਹੀ ਪਿਆਰੇ ਦੋਸਤ ਅਲੀ ਗੁੱਜਰ ਸਾਹਿਬ ਕੋ ਸ਼ੇਖੂਪੁਰਾ ਆਏ ਹਾਂ। ਪਿਛਲੇ ਹਫ਼ਤੇ ਇਹਨਾਂ ਨੇ ਇੱਕ ਨੀਲੀ ਦੀ ਖਾਸ ਬਰੀਡ ਸ਼ੇਖੂ ਕੇ ਵਟੂ ਸਾਹਿਬਾਨ ਕੋ ਇੱਕ ਮੱਝ ਖਰੀਦੀ ਹੈ ਜੀ, ਬੋਤੀ ਪੇਲਨ ਝੋਟੀ, ਉਹਦੀ ਮੁਬਾਰਕਬਾਦ ਲਈ ਹਾਜ਼ਰ ਹੋਏ ਹਾਂ। ਉਮੀਦ ਹੈ ਦੋਸਤਾਂ ਨੂੰ ਵੀਡੀਓ ਪਸੰਦ ਆਏਗੀ, ਇਸ ਝੋਟੀ ਦਾ ਵੀ ਸ਼ੌਕ ਕਰਾਉਂਦੇ ਹਾਂ, ਇਹਦੀ ਨਸਲ ਜ਼ਾਤ ਮੁਕੰਮਲ ਜਿਹੜੀ ਹੈ ਉਹ ਅਲੀ ਗੁੱਜਰ ਸਾਹਿਬ ਸਾਨੂੰ ਦੱਸਣਗੇ, ਅਤੇ ਮਜ਼ੀਦ ਮੱਝ ਦੇ ਹਵਾਲੇ ਨਾਲ ਇਹਨਾਂ ਨਾਲ ਗੱਪਸ਼ੱਪ ਕਰਨੇ ਹਾਂ। ਵਾਲੇਕੁਮ ਅਸਲਾਮ ਆਪ ਸਾਹਿਬ ਜੀ, ਆਪ ਸਾਹਿਬ ਅਲਹਮਦੁਲਿਲਾ ਅੱਲਾਹ ਤਾਲਾ ਦਾ ਸ਼ੁਕਰ, ਤੁਸੀਂ ਸੁਣਾਓ ਠੀਕ ਠਾਕ ਹੋ? ਅਲਹਮਦੁਲਿਲਾ, ਪਹਿਲੇ ਤਾਂ ਤੁਹਾਡੇ ਖੁਸ਼ੀ ਵਕਤ ਦਾ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਤੁਹਾਡਾ ਜਨਾਬ, ਤੁਸੀਂ ਏਡੀ ਦੂਰ ਤਸ਼ਰੀਫ਼ ਲੈ ਕੇ ਸਾਡੇ ਕੋਲ ਆਏ, ਸਾਨੂੰ ਖਿਦਮਤ ਦਾ ਮੌਕਾ ਦਿੱਤਾ, ਤੁਹਾਡੀ ਮਿਹਰਬਾਨੀ ਹੈ, ਤੁਸੀਂ ਇੰਨਾ ਟਾਈਮ ਕੱਢ ਕੇ ਏਡੀ ਦੂਰੋਂ ਆਏ ਹੋ, ਤੁਹਾਡਾ ਬਹੁਤ ਸ਼ੁਕਰੀਆ ਜਨਾਬ। ਅਲੀ ਭਾਈ ਮੱਝ ਪੋਤੀ ਦੀ ਤੁਹਾਨੂੰ ਖੁਸ਼ੀ ਮੁਬਾਰਕਬਾਦ। ਖੈਰ ਮੁਬਾਰਕ ਜੀ, ਖੈਰ ਮੁਬਾਰਕ, ਅਤੇ ਦੋਸਤਾਂ ਨੂੰ ਇਹਦਾ ਅੱਜ ਸ਼ੋਅ ਕਰਵਾ ਰਹੇ ਹਾਂ ਜੀ, ਇਹਦੇ ਬਾਰੇ 'ਚ ਦੱਸੋ, ਪਹਿਲਾਂ ਝੋਟੀ ਹੈ ਸਾਨੂੰ ਇੰਨਾ ਪਤਾ, ਬਾਕੀ ਅਗਲੀ ਗੱਲ ਦੱਸੋ। ਇਹ ਜੀ ਹਾਫ ਸਾਹਿਬ, ਸ਼ੇਖੂ ਕੇ ਵੱਟੂ ਬਰੀਡ ਦੀ ਮੱਝ ਹੈ। ਅੱਛਾ ਜੀ। ਇਹ ਸਾਜਦ ਚਾਚਾ ਅਨਮਰ ਵੱਟੂ ਹੈ, ਉਹਦਾ ਬੇਟਾ ਹੈ ਸਾਜਦ ਵੱਟੂ, ਮੇਰਾ ਦੋਸਤ ਹੈ। ਸ਼ੌਕਤ ਵੱਟੂ ਵੀ ਮੇਰਾ ਦੋਸਤ ਹੈ, ਸ਼ਹਿਜ਼ਾਦ ਵੀ ਉਹਨਾਂ ਵੱਟੂਆਂ ਨਾਲ ਮੇਰਾ ਕਾਫੀ ਪਿਆਰ ਹੈ, ਅਤੇ ਇਹ ਉਹਨਾਂ ਕੋਲ ਮੱਝ ਬੋਤੀ ਮੱਝ ਹੈ। ਇਹ ਮਾਂ ਵੀ ਲੱਖੀ ਲੱਖੀਆਂ ਦੇ ਨਾਵੇਂ 'ਚੋਂ ਹੈ, ਅਤੇ ਪਿਓ ਵੀ ਇਹਦਾ ਲੱਖਾ ਹੈ, ਠੀਕ ਹੈ, ਉਹਨਾਂ ਸੇਲ ਕਰ ਦਿੱਤਾ, ਮਾਂ ਉਹਨਾਂ ਦੀ ਉਹਨਾਂ ਦੇ ਕੋਲ ਹੈ। ਇਹ ਮੈਂ ਮੱਝ ਗਿਆ ਸੀ, ਮੈਨੂੰ ਉਹਨਾਂ ਨੇ ਵੀਡੀਓ ਭੇਜੀ ਸੀ, ਮੈਨੂੰ ਮੱਝ ਪਸੰਦ ਆਈ ਸੀ ਬੜੀ, ਮੈਂ ਗਿਆ ਉਹਨਾਂ ਕੋਲ, ਮੈਂ ਮੱਝ ਵੇਖੀ, ਅਤੇ ਲੋਕਾਂ ਨਾਲ ਤਾਂ ਉਹ ਮੁਖਤਲਿਫ ਰੇਟ ਕਰਦੇ ਸਨ, ਅਤੇ ਮੇਰੇ ਨਾਲ ਤਾਂ ਉਹਨਾਂ ਬੜਾ ਪਿਆਰ ਜਿਹਾ ਕੀਤਾ, ਅਤੇ ਮੈਂ ਚਾਚੇ ਅਨਮਰ ਵੱਟੂ ਨੂੰ ਕਿਹਾ ਜੀ ਮੈਨੂੰ ਮੱਝ ਦਿਓ, ਅਤੇ ਇਹਦੇ ਵਿੱਚ ਖਸੂਸੀ ਜਿਹੜਾ ਤੌਰ 'ਤੇ ਜਿਹਨਾਂ ਦੀ ਕਾਬਿਸ਼ ਹੈ ਨਾ, ਉਹ ਜੀ ਸ਼ੌਕਤ ਵੱਟੂ ਸਾਹਿਬ ਅਤੇ ਅਨਾਇਤ ਵੱਟੂ ਸਾਹਿਬ ਅਤੇ ਸਾਜਦ ਭਾਈ ਖੁਦ ਆਪ ਆਪਣੇ ਵਾਲ, ਉਹਨਾਂ ਨੇ ਚਾਚੇ ਉਹਨਾਂ ਨੂੰ ਕਿਹਾ ਆਪਣੇ ਵਾਲਦ ਸਾਹਿਬ ਨੂੰ ਕਿ ਮੱਝ ਦਿਓ ਉਹਨਾਂ ਨੂੰ, ਸਾਰੇ ਹੋਰ ਵੀ ਬਹੁਤ ਸਾਰੇ ਘਰ ਹੈ ਮੱਝ ਮੰਗਦੇ ਸਨ, ਅਤੇ ਮੈਨੂੰ ਪਤਾ ਚੱਲਿਆ ਕਿ ਬਹੁਤ ਸਾਰੇ ਲੋਕ ਮੰਗਦੇ, ਲੇਕਿਨ ਇਹ ਅੱਲਾ ਪਾਕ ਦੀ ਦੇਣ ਹੈ, ਅਤੇ ਬਸ ਨਸੀਬਾਂ ਹੀ ਸੀ, ਅੱਲਾ ਪਾਕ ਨੇ ਦੇ ਦਿੱਤੀ, ਸ਼ੁਕਰ ਅਲਹਮਦੁਲਿਲਾ ਅੱਲਾ ਤਾਲਾ ਦੀ ਕਰਨ ਵਾਲੀ। ਅਲੀ ਭਾਈ, ਕਿੱਥੇ ਮੱਝ ਦਾ ਇਲਾਕਾ, ਦਰਿਆ ਖੁੱਲ੍ਹਾ ਫਿਰਨਾ ਤੁਰਨਾ, ਕਿੱਥੇ ਤੁਸੀਂ ਸ਼ਹਿਰ ਦੇ ਵਿੱਚ ਫੁੱਲ ਬਾਜ਼ਾਰ ਦੇ ਵਿੱਚ ਮੱਝ ਰੱਖ ਲਈ? ਆਪ ਸਾਹਿਬ ਗੱਲ ਇਹ ਵੇ ਕਿ ਇਹਨੇ ਸ਼ੌਕ, ਸ਼ੌਕ ਦੀ ਜਨੂਨ ਇਹ ਵੇ ਕਿ ਮੇਰੀ ਸਾਡੀ ਨਾ, ਸਾਡਾ ਮਾਲ ਡੰਗ ਵੈਸੇ ਹੈਗਾ ਪਿੰਡ, ਅਤੇ ਇਹ ਮੱਝ ਮੈਂ ਪਿੰਡ ਨਹੀਂ ਭੇਜੀ, ਮੈਂ ਕਿਹਾ ਇਹ ਮੱਝ ਸ਼ਹਿਰ ਰੱਖਣੀ ਆਪਣੀ ਨਜ਼ਰਾਂ ਦੇ ਸਾਹਮਣੇ, ਇਹ 24 ਘੰਟੇ ਲੰਘਦਿਆਂ ਵੜਦਿਆਂ ਮੈਂ ਇਹਨੂੰ ਵੇਖਾਂ। ਮੈਂ ਯਕੀਨ ਕਰੋ ਇੱਥੇ ਆਪਣੇ ਪੰਪ 'ਤੇ ਆਉਂਦਾ ਵਾਂ, ਅਤੇ ਮੈਂ 4-5 ਵਜੇ ਇੱਥੋਂ ਚਲੇ ਜਾਂਦਾ ਵਾਂ, ਚਾਹੇ ਜਿੰਨੇ ਮਰਜ਼ੀ ਦੋਸਤ ਬੈਠੇ ਹੋਣ, ਕੋਈ ਮਹਿਮਾਨ ਹੋਣ, ਜਿੰਨਾ ਮਰਜ਼ੀ ਜ਼ਰੂਰੀ ਕੰਮ ਹੋਵੇ, ਮੈਂ ਆਪ ਜਾ ਕੇ ਮੱਝ ਦੇ ਉੱਤੇ ਖਲੋ ਕੇ ਮੱਝ ਚੁਆਉਣੀ, ਅਤੇ ਮੱਝ ਨੁਆਉਣੀ ਵੀ ਆਪ ਹੈ। ਹਾਂ, ਅਤੇ ਸ਼ਹਿਰ ਦੇ ਸੈਂਟਰ 'ਚ ਮੱਝ ਰੱਖੀ, ਤੁਸੀਂ ਵੇਖ ਹੀ ਲਿਆ, ਇਹ ਬਿਲਕੁਲ ਕਮਰਸ਼ੀਅਲ ਜਿਹਾ ਏਰੀਆ, ਫੁੱਲ ਕਮਰਸ਼ੀਅਲ ਏਰੀਆ, ਇੱਥੇ ਬਾਜ਼ਾਰ ਹੀ ਬਾਜ਼ਾਰ ਨੇ,
ਅਤੇ ਸ਼ੌਕ ਦਾ ਫਿਰ ਕੋਈ ਮੁੱਲ ਨਹੀਂ ਹੁੰਦਾ, ਸ਼ੌਕ ਫਿਰ ਜਨੂੰਨ ਹੈ, ਜਨੂੰਨ ਹੈ, ਅਤੇ ਇਹ ਤਾਂ ਵੱਡਿਆਂ ਤੋਂ ਟੁੱਟਦਾ ਆ ਰਿਹਾ, ਅਤੇ ਵਰਸਾ ਵੱਡਿਆਂ ਨੂੰ ਵੀ ਬੜਾ ਸ਼ੌਕ ਸੀ, ਅਤੇ ਅੱਲਾਹ ਤਾਲਾ ਦਾ ਕਰਮ ਹੈ, ਅਤੇ ਅੱਗੋਂ ਸਾਨੂੰ ਵੀ ਕੁਛ ਗੁਜਰਾਂ ਨੂੰ ਅੱਲਾਹ ਪਾਕ ਦੀ ਜ਼ਾਤ ਨੇ ਅਤਾ ਕੀਤੀ ਇੱਕ ਚੀਜ਼, ਇਹ ਸ਼ੌਕ, ਇਹ ਮੱਝਾਂ, ਬਹੁਤ ਸਾਰੇ ਦੋਸਤਾਂ ਨੇ ਰੱਖੀਆਂ ਨੇ, ਅੱਲਾਹ ਪਾਕ ਸਭ ਦੇ ਜਾਨ ਮਾਲ ਦੀ ਹਿਫਾਜ਼ਤ ਕਰੇ, ਜਿਹਨਾਂ ਲੋਕਾਂ ਰੱਖੀਆਂ ਨੇ ਉਹਨਾਂ ਦਾ ਸ਼ੌਕ ਅੱਲਾਹ ਪਾਕ ਵਧਾਏ। ਲੇਕਿਨ ਇਹ ਕੁਦਰਤੀ ਗੱਲ ਹੈ ਕਿ ਗੁਜਰਾਂ ਨੂੰ ਅੱਲਾਹ ਪਾਕ ਨੇ ਇਸ ਇਹ ਅਤਾ ਗੁਜਰਾਂ ਨੂੰ ਕੁਦਰਤ ਵੱਲੋਂ ਹੈ ਕਿ ਮੱਝਾਂ ਦੇ ਬਾਰੇ ਉਹ ਮੱਝ ਨੂੰ ਨਾ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਜਾਂ ਮੱਝ ਦਾ ਮੁੱਲ ਲਾਉਣਾ ਜਾਂ ਖਰੀਦਣਾ, ਇਹ ਜੁੜਤ ਇਹ ਕੁਦਰਤੀ ਅੱਲਾਹ ਪਾਕ ਨੇ ਗੁਜਰਾਂ ਨੂੰ ਦਿੱਤੀ ਹੈ, ਇਹ ਅੱਲਾਹ ਤਾਲਾ ਦੀ ਦੇਣ ਹੈ। ਬਾਕੀ ਹੋਰ ਬੜੇ ਦੋਸਤ ਨੇ, ਬੜੇ ਭੈਣਾਂ ਭਰਾ ਨੇ ਜਿਨ੍ਹਾਂ ਨੇ ਅੱਛੀਆਂ ਅੱਛੀਆਂ ਮੱਝਾਂ ਨੇ, ਜਿਵੇਂ ਮੁਲਤਾਨ ਵਾਲੇ ਦੋਸਤ ਨੇ, ਕੋਈ ਗੁਜਰਾਂ ਵਾਲੇ ਦੋਸਤ ਨੇ, ਮੁਖਤਲਿਫ ਜਗ੍ਹਾ ਦੇ ਲੋਕ ਅੱਛੀ ਅੱਗੋਂ ਬਰੀਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਮੁਖਤਲਿਫ ਲੋਕਾਂ ਦੀਆਂ ਮੱਝਾਂ ਵੇਖੀ ਦੀਆਂ, ਬੜੀ ਬੜੀ ਅੱਛੀਆਂ ਮੱਝਾਂ ਨੇ ਲੋਕਾਂ ਕੋਲ। ਅਤੇ ਇੱਕ ਬਹਿਸ ਮੈਂ ਹੋਰ ਬੜੀ ਸੋਨਾ, ਨੀਲੀ ਅਸਣਾ, ਰਾਵੀ ਅਸਣਾ, ਦੇਖੋ ਮੱਝ ਅੱਛੀ ਕਿਤੇ ਵੀ ਪੈਦਾ ਹੋ ਸਕਦੀ ਹੈ, ਉਹ ਨੀਲੀ 'ਤੇ ਵੀ ਹੋ ਸਕਦੀ ਹੈ, ਉਹ ਰਾਵੀ 'ਤੇ ਵੀ ਹੋ ਸਕਦੀ ਹੈ, ਉਹ ਇੱਥੇ ਸ਼ੇਖਪੁਰਾ ਵੀ ਹੋ ਸਕਦੀ ਹੈ, ਠੀਕ ਹੈ, ਇਹ ਅੱਲਾਹ ਪਾਕ ਦੀ ਦੇਣ ਹੈ, ਇਹ ਅੱਲਾਹ ਪਾਕ ਦੀ ਅਤਾ ਹੈ। ਅਤੇ ਇਸ ਵਾਸਤੇ ਮੈਂ ਆਪਣੇ ਸਾਰੇ ਦੋਸਤਾਂ, ਸਾਰੇ ਭਰਾਵਾਂ ਨੂੰ, ਜਿੰਨੇ ਬਰੀਡਰ ਲੋਕ ਨੇ, ਸ਼ੌਕੀਨ ਹਜ਼ਰਾਤ ਨੇ, ਮੈਂ ਉਹਨਾਂ ਨੂੰ ਇੱਕ ਰਿਕੁਐਸਟ ਕਰਾਂਗਾ ਕਿ ਯਾਰ ਕਿਸੇ ਦੇ ਤਨਕੀਦ ਨਾ ਕਰਿਆ ਕਰੋ, ਕੋਈ ਬੰਦਾ ਕੋਈ ਚੀਜ਼ ਲੈਂਦਾ ਉਹ ਅੱਛੀ ਸਮਝ ਕੇ ਲੈਂਦਾ, ਅਤੇ ਉਹਦੀ ਤਾਰੀਫ ਕਰੋ, ਅਤੇ ਕੋਸ਼ਿਸ਼ ਕਰੋ ਕਿ ਉਹਨੂੰ ਹੌਸਲਾ ਦਿਓ, ਉਹਨੂੰ ਐਪਰੀਸ਼ੀਏਟ ਕਰੋ, ਅਤੇ ਨਾ ਕਿ ਉਹਦੀਆਂ ਲੱਤਾਂ ਖਿੱਚੋ। ਇਹ ਮੇਰੇ ਨਾਲ ਮੇਰੀ ਰਿਕੁਐਸਟ ਹੈ ਆਪਣੇ ਸਾਰੇ ਬਜ਼ੁਰਗਾਂ ਵਾਸਤੇ, ਵੱਡੇ ਭਰਾਵਾਂ ਵਾਸਤੇ, ਹਮ ਏਜਾਂ ਵਾਸਤੇ, ਅਤੇ ਮੇਰੇ ਛੋਟੇ ਭਰਾਵਾਂ ਵਾਸਤੇ, ਕਿ ਉਹਨਾਂ ਨੂੰ ਮੇਰਾ ਮੈਸੇਜ ਹੈ ਕਿ ਇਹ ਨਾ ਹੌਸਲਾ ਅਫਜ਼ਾਈ ਕਰਿਆ ਕਰੋ, ਕੋਈ ਬੰਦਾ ਕੋਈ ਮਹਿੰਗੀ ਲੈ ਲਿਆ, ਕੋਈ ਸਸਤੀ ਲੈ ਲੇ, ਅਤੇ ਦਿਖਾਵਾ ਨਾ ਕਰਿਆ ਕਰੋ, ਉਹਨੂੰ ਕੋਸ਼ਿਸ਼ ਕਰਿਆ ਕਰੋ ਅਗਲਾ ਬੰਦਾ ਉਹਦਾ ਹੌਸਲਾ ਅਫਜ਼ਾਈ ਹੋਵੇ, ਉਹ ਤਾਂ ਕਿ ਜ਼ਿਆਦਾ ਲਗਨ ਨਾ ਇਹਨੂੰ ਅੱਗੋਂ ਅੱਛੇ ਤਰੀਕੇ ਨਾਲ ਚਲਾਏ। ਮੈਂ ਅਕਸਰ ਲੋਕਾਂ ਦੋਸਤਾਂ ਨੂੰ ਵੇਖਣਾ ਵਾਂ, ਲੇਕਿਨ ਨਹੀਂ ਕਰਨਾ ਚਾਹੀਦਾ ਸਰ, ਜਿਹਨੂੰ ਦੇਖੋ ਇਹ ਹਿੰਮਤ ਅੱਲਾਹ ਪਾਕ ਦੀ ਜ਼ਾਤ ਨੇ ਦਿੱਤੀ, ਕੋਈ 10 ਲੱਖ ਦੀ ਲੈ ਰਿਹਾ, ਕੋਈ 20 ਲੱਖ ਦੀ ਲੈ ਰਿਹਾ, ਕੋਈ 3 ਲੱਖ ਦੀ ਲੈ ਰਿਹਾ, ਇਹ ਅੱਲਾਹ ਪਾਕ ਦੀ ਦੇਣ ਹੈ। ਜੇ ਇਹ ਕਿਸੇ ਨੂੰ ਵੀ ਨਹੀਂ ਗੱਲ ਕਰਨੀ ਚਾਹੀਦੀ, ਚਾਹੇ ਜਿਹਨੂੰ ਅੱਲਾਹ ਪਾਕ ਨੇ ਤਾਕਤ ਦਿੱਤੀ ਉਹਨੇ ਲੈਣੀ ਹੈ ਨਾ, ਉਹ ਚਾਹੇ ਜਿੰਨੇ ਦੀ ਮਰਜ਼ੀ ਲਵੇ। ਅਤੇ ਲੋਕਾਂ ਨੂੰ ਚਾਹੇ ਮੈਂ ਬਹੁਤ ਸਾਰੇ ਮੇਰੇ ਭਰਾ ਹੈ ਨੇ, ਮੇਰਾ ਉਹਨਾਂ ਨੂੰ ਮੈਸੇਜ ਹੈ ਕਿ ਤਨਕੀਦ ਨਾ ਕਿਸੇ ਦੇ ਕਰਿਆ ਕਰੋ, ਆਪਣੀ ਆਪਣੀ ਇਹ ਅਸਲੀ ਦੀ ਗੱਲ ਜਿਹੜਾ ਜੋ ਲੈ ਸਕਦਾ, ਜਿਹੜੀ ਹਿੰਮਤ ਜਿੰਨੀ ਉਹਨੇ ਉਹ ਹੀ ਲੈਣੀ। ਹਾਂ ਸਰ ਬਿਲਕੁਲ, ਮੈਂ ਨੀਲੀ ਦੇ ਕੋਈ ਐਸਾ ਘਰ ਮੈਂ ਨਹੀਂ ਛੱਡਿਆ, ਮੈਂ ਹੈਡ ਸਿਰ ਮਾਲਕੀ ਤੋਂ ਲੈ ਕੇ ਹੈਡ ਇਸਲਾਮ ਤੱਕ ਤਕਰੀਬਨ ਸਾਰੇ ਫਿਰਿਆ, ਦਰਿਆ ਦੇ ਉੱਤੇ ਗੱਡੀ ਖਿਲਾਰ ਕੇ, ਮੋਟਰਸਾਈਕਲ ਦੇ ਉੱਤੇ, ਦਰਿਆ ਦੇ ਉੱਤੇ, ਸਾਰਾ ਕੋਈ ਪਿੰਡ, ਕੋਈ ਡੇਰਾ, ਕੋਈ ਢਾਰੀ ਨਹੀਂ ਛੱਡੀ, ਖੋਖਰਾਂ ਦੀਆਂ, ਵਸਲੀਆਂ ਦੀਆਂ, ਲਖਵੇੜਿਆਂ ਦੀਆਂ, ਜੇਰਿਆਂ ਦੀਆਂ, ਬੜੇ ਮੁਖਤਲਿਫ ਘਰ ਨੇ। ਮੈਂ ਇੱਥੇ ਹੈਡ ਇਸਲਾਮ ਅਤੇ ਕੱਚੀ ਪੱਕੀ ਜਮਰੇੜਾ ਸੌ ਕੇ, ਇਹ ਸਾਰਾ ਜੰਮਣ ਸ਼ਾਹ ਮੈਂ ਮੋਟਰਸਾਈਕਲਾਂ 'ਤੇ ਫਿਰਿਆ। ਹਾਂ, ਅਤੇ ਇੱਧਰ ਜਿਹੜਾ ਸਾਈਡ ਸਿਰ ਮਾਨਕੀ ਅਤੇ ਵੱਟੂ ਸਾਹਿਬਾਨ ਨੇ, ਇਹ ਆਪਣੇ ਵੀਰ ਨੇ, ਅਤੇ ਸ਼ੌਕਤ ਵੱਟੂ ਨੂੰ ਆਪਣਾ ਬੜਾ ਪਿਆਰ, ਆਪਣਾ ਭਾਈ ਹੈ ਸ਼ੌਕਤ ਵੱਟੂ। ਅਤੇ ਇੱਥੇ ਮੈਂ ਇੰਨਾ ਕੋਈ ਜਾਣਦਾ ਵਾ, ਹੋਰ ਵੀ ਆਲੇ ਦੁਆਲੇ ਲੋਕ ਮੱਝਾਂ ਅੱਛੀਆਂ ਹੈ ਨੇ ਉੱਥੇ ਲੋਕਾਂ ਕੋਲ, ਬਹੁਤ ਸਾਰੇ ਲੋਕ ਨੇ, ਲੇਕਿਨ ਆਪਣਾ ਇਹਨਾਂ ਨਾਲ ਪਿਆਰ ਦੱਸੀ ਤਾਂ ਇੰਨਾ ਕੋਈ ਜਾਈਦਾ, ਅਤੇ ਇਹਨਾਂ ਦੀ ਨਸਲ ਮੈਨੂੰ ਅੱਛੀ ਲੱਗਦੀ ਹੈ। ਹਰ ਬੰਦੇ ਦੀ ਹਵਸ ਆਪਣੀ ਚੁਆਇਸ ਹੈ, ਆਪਣੀ ਨਜ਼ਰ ਹੈ, ਕਿਸੇ ਬੰਦੇ ਨੂੰ ਕਾਲੀ ਮੱਝ ਜ਼ਿਆਦਾ ਅੱਛੀ ਲੱਗਦੀ ਹੈ, ਕਿਸੇ ਬੰਦੇ ਨੂੰ ਬੂਰੀ ਮੱਝ ਜ਼ਿਆਦਾ ਅੱਛੀ ਲੱਗਦੀ ਹੈ, ਕਿਸੇ ਬੰਦੇ ਨੂੰ ਮੱਝ ਦੇ ਸਿੰਘ ਕਿੰਗੜੀ ਵਾਲਾ ਪਸੰਦ ਹੈ, ਕਿਸੇ ਨੂੰ ਨਹੀਂ ਪਸੰਦ, ਹਰ ਇਨਸਾਨ ਦੀ ਆਪਣੀ ਨਜ਼ਰ ਹੈ। ਅਤੇ ਇਹ ਇਸ ਵਾਸਤੇ ਆਪਣੀ ਆਪਣੀ ਚੁਆਇਸ ਹੁੰਦਾ, ਕਈ ਦਫ਼ਾ ਐਸਾ ਹੁੰਦਾ ਜਿਹੜੀ ਚੀਜ਼ ਮੈਨੂੰ ਪਸੰਦ ਹੋ ਕਿਸੇ ਨੂੰ ਨਹੀਂ ਆਉਂਦੀ, ਬਾਜ਼ਵਾ ਕਿਸੇ ਨੂੰ ਬਹੁਤ ਪਸੰਦ ਹੁੰਦੀ, ਮੈਨੂੰ ਪਸੰਦ ਨਹੀਂ ਆਉਂਦੀ। ਇਸ ਵਾਸਤੇ ਮੈਨੂੰ ਵੱਟੂਆਂ ਦੀਆਂ ਮੱਝਾਂ ਅੱਛੀਆਂ ਲੱਗਦੀਆਂ ਨੇ, ਅੱਛੀਆਂ ਲੱਗਦੀਆਂ, ਬਿਲਕੁਲ ਲਿਆਉਂਦੇ। ਪਹਿਲਾਂ ਝੋਟੀ ਦਾ ਚੰਗਾ ਦੁੱਧ ਕਿੰਨਾ ਤੁਸੀਂ ਚੋਇਆ ਵਾ, ਅਤੇ ਵੱਡੀ ਮੱਝ ਦਾ ਕਿੰਨਾ ਚੋਇਆ?
ਆਪਣੀ ਜੋਤ ਆ ਅਫਸਰ ਮੈਂ ਨਾ ਮੇਰੇ ਨਾ ਜੀ ਵੱਡੇ ਭਾਈ ਵੀ ਨੇ ਮੇਰੇ ਅਜ਼ੀਜ਼ ਵੀ ਨੇ ਅਤੇ ਮੇਰੇ ਵਜੋਂ ਜੇ ਉਸਤਾਦ ਵੀ ਕਹਿ ਲਓ ਉਹਨਾਂ ਨੂੰ ਚੋਰੀ ਸਜਾਦ ਅਤੇ ਗੁੱਜਰ ਸਾਹਿਬ ਨੂੰ ਅਸੀਂ ਸਮਾਲ ਵੇਖਿਆ ਉਹਨਾਂ ਦਾ ਮੈਨੂੰ ਪਹਿਲੀ ਮਾਜਰਾ ਨੀਲੀ ਤੋਂ ਉਹਨਾਂ ਨੇ ਲੈ ਕੇ ਦਿੱਤੀ ਸੀ 2017 'ਚ। ਉਸ ਤੋਂ ਪਹਿਲਾਂ ਮੱਝਾਂ ਅਸੀਂ ਰੱਖੀ ਦੀਆਂ ਅੱਛੀਆਂ ਰੱਖੀ ਦੀਆਂ ਸਨ, ਲੇਕਿਨ ਇੱਥੋਂ ਸ਼ਹਿਰੋ ਸ਼ੁਰੂ ਆਪਣਾ ਇਕੱਠੀਆਂ ਕਰ ਲਈ ਸੀ, ਕਿਤੋਂ ਲੈ ਲਈ ਸਨ, ਲੇਕਿਨ ਕਦੀ ਨਾ ਬਾਹਰ 'ਚ ਨਹੀਂ ਗਏ। ਉਹਨਾਂ ਨੇ ਲੈ ਕੇ ਦਿੱਤੀ ਉਹ ਮੱਝ ਰਹਿਣਾ ਸਾਡੇ ਕੋਲ ਦੂਸਰਾ ਸੂਆ ਮਾਈ ਸੂਈ ਸੀ, ਉਹਨੇ ਦੁੱਧ ਦਿੱਤਾ 15-16 ਕਿਲੋ ਦੋ ਟਾਈਮਾਂ ਦਾ। ਉਸ ਤੋਂ ਬਾਅਦ ਤੀਸਰਾ ਸੂਆ ਸੂਈ ਤਾਂ ਉਹ ਪਹਿਲਾਂ ਨਾ ਬਿਲਕੁਲ ਪੱਕੇ ਜਿਹੇ ਚੱਡੇ ਦੇ ਸੀ, ਤੀਸਰਾ ਸੂਏ ਬਹੁਤ ਉਹ ਵੱਡਾ ਚੱਡਾ ਕਰ ਗਈ ਅਤੇ ਬੜੀ ਨਾ ਉਹ ਕਮਾਲ ਬਣ ਗਈ। ਉਸ ਤੋਂ ਬਾਅਦ ਮੈਨੂੰ ਨੀਲੀ ਦੀ ਮੱਝਾਂ ਦਾ ਸ਼ੌਕ ਪਿਆ ਅਤੇ ਫਿਰ ਨੀਲੀ ਦੀਆਂ ਮੱਝਾਂ ਜਿਹੜੀਆਂ ਉੱਥੋਂ ਕਿਲੋ ਚੋ ਕੇ ਲਿਆਂਦਾ, ਕਿਲੋ ਚੋਇਆ, ਡੇਢ ਕਿਲੋ ਚੋਇਆ, ਇੱਥੇ ਆ ਕੇ ਫਿਰ ਆਪਸ ਆਮ ਰੂਟੀਨ ਆ ਇਹ ਬੱਚੇ ਨੂੰ ਦੋ ਥਾਂ ਛੱਡ ਕੇ 12-13-14 ਕਿਲੋ ਦੁੱਧ ਚੋਂਦੇ ਨੇ ਮੱਝਾਂ ਥੱਲੇ ਆਪ ਇਹ ਅਲਹਮਦੁਲਿਲਾ ਅੱਲਾ ਦਾ ਸ਼ੁਕਰ। ਹੁਣ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਮੱਝ 20 ਕਿਲੋ ਕਰ ਦੀ ਦੀ 22 ਕਿਲੋ ਕਰ ਦੀ ਦੀ, ਐਂ ਨਹੀਂ ਗੱਲ, ਮੈਂ ਬੱਚੇ ਨੂੰ ਬੱਚਾ ਕੱਟੀ ਹੋਵੇ ਕੱਟਾ ਹੋਵੇ ਉਹਨੂੰ ਦੋ ਥਾਂ ਛੱਡਦੇ ਨੇ ਉਹਨੂੰ ਅਗਲੇ, ਠੀਕ ਹੈ, ਦੋ ਥਾਣੀ ਚੋਣੇ ਨੇ ਉਹ ਮੱਝ 5 ਕਿਲੋ ਦੇਵੇ ਉਹ 6 ਕਿਲੋ ਦੇ, ਆਮ ਰੂਟੀਨ ਹੈ ਮੱਝ 5-6 ਕਿਲੋ ਦੁੱਧ ਦੇ ਹੀ ਜਾਣੀ, 12-13 ਕਿਲੋ ਦੁੱਧ ਦੋ ਟਾਈਮਾਂ ਨੂੰ ਮੱਝ ਦੇਦੀਆਂ ਰਹੀਆਂ, ਦੋ ਥਾਣ ਬੱਚੇ ਦੇ ਨੇ। ਅਤੇ ਨਾ ਕੋ ਸਾਨੂੰ ਸ਼ੌਕ ਹੈ ਕਿ ਬਹੁਤ ਜ਼ਿਆਦਾ ਅਸੀਂ ਉਹ ਵੀ ਨਹੀਂ ਕਰਦੇ, ਸੇਵਾ ਵੀ ਨਹੀਂ ਕਰਦੇ, ਅਸੀਂ ਘਰ ਵਾਸਤੇ ਰੱਖੀਆਂ ਅਤੇ ਅਸੀਂ ਨਾਰਮਲ ਜਿਵੇਂ ਵੰਡਾ ਪਾਈਦਾ ਅਤੇ ਗੁਜ਼ਾਰਾ ਕਰ ਰਹੀ ਅਲਹਮਦੁਲਿਲਾ ਅੱਲਾ ਤਾਲਾ ਦਾ ਬੜਾ ਸ਼ੁਕਰ ਹੈ, ਬੜਾ ਕਰਮ ਹੈ। ਅਲੀ ਭਾਈ ਅੱਜ ਵਕਤ ਦੀ ਕਮੀ ਸੀ ਤੁਹਾਡੇ ਕੋਲ ਵੀ, ਬਿਲਕੁਲ ਮੋਸਟ ਵੈਲਕਮ, ਮੋਸਟ ਵੈਲਕਮ, ਜ਼ਰੂਰ ਧਿਆਨ ਵਿਖਾਵਾਂਗੇ ਜੀ ਇਨਸ਼ਾਅੱਲਾ ਤਾਲਾ, ਜੀ ਜੀ ਮੋਸਟ ਵੈਲਕਮ ਸਾਰੇ ਪੰਜਾਬ ਦੇ ਭਰਾਵਾਂ ਨੂੰ ਸਾਡੇ ਵੱਲੋਂ ਵੈਲਕਮ ਵੈਲਕਮ। ਸਾਡਾ ਤਾਂ ਪੰਪ ਹੀ ਬਿਲਕੁਲ ਮੰਡੀ ਤੇ ਜਿੱਥੇ ਮੇਲਾ ਲੱਗ ਰਿਹਾ ਉਹਦੇ ਬਿਲਕੁਲ 4-5 ਕਿਲੇ ਹਟਵਾ ਤੇ ਅਸੀਂ ਹਾਜ਼ਰ ਹਾਂ ਜੀ ਆਪਣੇ ਸਾਰੇ ਭਰਾਵਾਂ ਵਾਸਤੇ। ਸਾਨੂੰ ਇਸ ਜੀ ਬਹੁਤ ਸ਼ੁਕਰੀਆ ਸਭ ਤੁਹਾਡਾ ਸ਼ੁਕਰੀਆ, ਓਕੇ ਮਿਹਰਬਾਨੀ ਜੀ। ਜੀ ਇਸ ਵੇਲੇ ਸਾਡੇ ਵੱਡੇ ਭਾਈ ਦੋਸਤ ਅਤੇ ਸ਼ੌਕੀਨ ਚੋਰੀ ਸ਼ਾਹਦ ਗੁੱਜਰ ਸਾਹਿਬ ਸਾਡੇ ਨਾਲ ਮੌਜੂਦ ਹੈ, ਇਹਨਾਂ ਨਾਲ ਵੀ ਗੱਪਸ਼ਪ ਕਰਨੇ ਆ। ਦੋਸਤਾਂ ਨੂੰ ਮੁਕਤਸਰ ਤਾਰਫ ਕਰਾਉਂਦੇ ਜਾਈਏ, ਜ਼ਿਲ੍ਹਾ ਸ਼ੇਖੂਪੁਰਾ ਦੇ ਚੇਅਰਮੈਨ ਮਾਰਕੀਟ ਕਮੇਟੀ ਵੀ ਨੇ ਅਤੇ ਮੱਝ ਦੇ ਹਵਾਲੇ ਨਾਲ ਵੀ ਖਸੂਸੀ ਸ਼ੌਕ ਰੱਖਦੇ ਆ ਅਤੇ ਇਸ ਵੇਲੇ ਇਹਨਾਂ ਨਾਲ ਵੀ ਗੱਪਸ਼ਪ ਕਰਨੇ ਆ। ਜੀ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਸ਼ਾਹਦ ਭਾਈ ਮੱਝ ਦੇ ਸ਼ੌਕ ਦੇ ਹਵਾਲੇ ਨਾਲ ਦੱਸੋ, ਕੈਸਾ ਤੁਸੀਂ ਵੀ ਸ਼ੌਕ ਕਰ ਰਹੇ ਜੇ ਅਤੇ ਨਾਲੇ ਹੁਣ ਮੇਲਾ ਵੀ ਤੁਹਾਡੇ ਜ਼ਿਲ੍ਹਾ ਸ਼ੇਖੂਪੁਰਾ 'ਚ ਆ ਗਿਆ ਗੌਰਮੈਂਟ ਦਾ? ਇਹ ਹਫ ਸਾਹਿਬ ਆਪਣਾ ਮੱਝ ਦਾ ਜਿਹੜਾ ਸ਼ੌਕ ਹੈ ਇਹ ਸਾਡੇ ਮੇਰੇ ਦਾਦਾ ਜੀ ਨੂੰ ਬਹੁਤ ਜ਼ਿਆਦਾ ਸੀ, ਫਿਰ ਬਜ਼ੁਰਗਾਂ ਨੂੰ, ਵਾਲਦ ਸਾਹਿਬ ਨੂੰ, ਫਿਰ ਉਸ ਤੋਂ ਬਾਅਦ ਫੈਮਿਲੀ 'ਚ ਮੈਨੂੰ ਔਰ ਮੇਰੇ ਛੋਟੇ ਭਾਈ ਨੂੰ ਹੈ ਅਤੇ ਉਹ ਜ਼ਰੂਰਤ ਵੀ ਹੈ ਦੁੱਧ, ਕਿਉਂਕਿ ਬਹੁਤ ਹੀ ਇਸ ਟਾਈਮ ਜੋ ਸਾਡੇ ਮੁਲਕ ਦੀ ਸੂਰਤ ਹਾਲ ਹੈ ਦੁੱਧ ਦੀ, ਕੈਮੀਕਲ ਔਰ ਯੇ ਵੋ, ਅਤੇ ਇਹਦੀ ਵਜ੍ਹਾ ਤੋਂ ਅਸੀਂ ਇਸ ਸ਼ੌਕ ਦੇ ਨਾਲ ਨਾਲ ਅਸੀਂ ਇਹਨੂੰ ਜ਼ਰੂਰਤ ਵੀ ਹੈ ਕਿਉਂਕਿ ਅਤੇ ਅਸੀਂ ਫਿਰ ਇਸ ਸ਼ੌਕ ਨੂੰ ਨਾ ਮੈਂ ਇਹਨੂੰ ਕਾਫੀ ਲਗਨ ਨਾਲ ਕਰ ਰਿਹਾ, ਬੜੀ ਖੁਦ ਮਸਰੂਫੀ ਦੇ ਬਾਵਜੂਦ ਵੀ ਟਾਈਮ ਦੇਈਦਾ, ਵੇਲੀ ਵੀ ਟਾਈਮ ਦੇਈਦਾ, ਜਾਈਦਾ ਵੀ ਹੈ, ਜਾਨਵਰ ਦਾ ਖਿਆਲ ਵੀ ਕਰੀਦਾ ਔਰ ਕੋਸ਼ਿਸ਼ ਕਰੀਦੀ ਆਪ ਜਾ ਕੇ ਕੋਈ ਜਿਹੜੇ ਕੋਈ ਅੱਛੇ ਕਾਰ ਨੇ ਉੱਥੋਂ ਜਾ ਕੇ ਕੋਈ ਪਰਚੇਸ ਕਰੀਦਾ ਜਾਨਵਰ। ਦੁੱਧ ਮੁਕਾਬਲਾ ਵੀ ਇੱਕ ਅੱਛਾ ਕੰਪੀਟੀਸ਼ਨ ਹੁੰਦਾ ਹੈ ਲੋਕਾਂ ਦੇ ਜਿਹੜੇ ਜਾਨਵਰ ਉਹਨਾਂ ਰੱਖੇ ਨੇ ਉਹਨਾਂ ਦਾ ਵੀ ਚਲੋ ਪਤਾ ਚੱਲ ਜਾਂਦਾ। ਇੱਥੇ ਸ਼ੇਖੂਪੁਰੇ ਵੀ ਅਸੀਂ ਤਾਂ ਵੈਲਕਮ ਕਰਦੇ ਹਾਂ ਸਾਰਿਆਂ ਨੂੰ, ਮੇਰਾ ਬਲਕਿ ਜਿੱਥੇ ਅਸੀਂ ਬੈਠੇ ਹਾਂ ਮੇਰਾ ਫਿਲਿੰਗ ਸਟੇਸ਼ਨ ਬਿਲਕੁਲ ਜਿਹੜੀ ਕੈਟਲ ਮਾਰਕੀਟ ਸ਼ੇਖੂਪੁਰੇ ਦੇ ਬਿਲਕੁਲ ਨਾਲ ਹੈ, ਸਾਡੇ ਤੋਂ ਤਾਂ ਬਿਲਕੁਲ ਨਜ਼ਦੀਕ ਹੀ ਹੋ, ਅਸੀਂ ਤਾਂ ਵੈਲਕਮ ਕਰਦੇ ਹਾਂ ਸਾਰਿਆਂ ਨੂੰ, ਜਿਸ ਹੱਦ ਤੱਕ ਮੁਮਕਿਨ ਹੋ ਸਕਿਆ ਅਸੀਂ ਉਹਨਾਂ ਤਾਵਾਂ ਵੀ ਕਰਾਂਗੇ ਔਰ ਅਸੀਂ ਬਿਲਕੁਲ ਬੜਾ ਵਾਮ ਵੈਲਕਮ ਕਰਾਂਗੇ ਜਿਹੜੇ ਵੀ ਸਾਡੇ ਕੋਲ ਮਹਿਮਾਨ ਯਾਰ ਦੋਸਤ ਆਉਣਗੇ ਇੱਥੇ ਸ਼ੇਖੂਪੁਰੇ।